हमला किया तो उन्होंने लत्त वड के नाल लै गए। उन्होंने जख्मी हालत अस्पताल दाखिल करवाया गया है। उन्होंने लत्त की बहुत भाल की गई पर कोई सुराग हासिल नहीं होया। आखिरकार दिल दहला देने वाली वारदात को किसने अंजाम दिता है, इस गल की पड़ताल जारी है। तुम आप ही देख लवो की है पूरा मामला। दैनिक मेल पंजाबी टीवी लई खडूर साहब तो अमन तगड़ दी रिपोर्ट। नुकसान दी लत्त वड दित्ती आ वो लै गए नाल ही सानू लभी नहीं। ਪੁਲਿਸ ਆਈ ਸੀ ਮੌਕੇ ਤੇ? ਹਾਂਜੀ ਪੁਲਿਸ ਆਈ ਸੀ। ਕੀ ਮੰਗ ਕਰਦੇ ਜੀ? ਅਸੀਂ ਇਹੋ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਵਾ, ਸਾਨੂੰ ਕੁਛ ਨਹੀਂ ਚਾਹੀਦਾ। ਹਾਂਜੀ ਭੈਣ ਕੀ ਨਾਂ ਤੁਹਾਡਾ ਜੀ? ਮਨ। ਮਨਪ੍ਰੀਤ ਜੀ ਤੁਹਾਡੇ ਪਿਤਾ ਨਾਲ ਜਿਹੜੀ ਘਟਨਾ ਘਟੀ ਹੈ ਕੀ ਘਟਨਾ ਘਟੀ ਹੈ? ਕਿੱਥੇ ਕੰਮ ਕਰਦੇ ਸੀ? ਦੁਬਾਰਾ ਬਾਣੀ ਦਾ। ਤੇ ਕਿੰਨੇ ਕੁ ਵਜੇ ਦੀ ਘਟਨਾ ਹੈ? 8:30 ਵਜੇ। ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ? ਸਾਨੂੰ ਇੱਦਾਂ ਹੀ ਮੁੰਡਾ ਉੱਧਰ ਆਉਂਦਾ, ਉਹਨੇ ਦੇਖਿਆ, ਉਹਨੂੰ ਪਤਾ ਲੱਗਾ, ਸਾਨੂੰ ਫੋਨ ਹੀ ਆਇਆ ਘਰ। ਅਤੇ ਲੱਤ ਕੀ ਹੈ ਨਹੀਂ ਨਾਲ ਨਾਲ ਹੀ ਲੈ ਕੇ? ਲੱਤ ਨਹੀਂ ਹੈਗੀ ਨਾਲ। ਕੀ ਮੰਗ ਕਰਦੇ? ਇਹ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਵਾ। ਹਾਂਜੀ ਵੀਰ ਜੀ ਕੀ ਨਾਂ ਤੁਹਾਡਾ? ਹਾਂਜੀ ਮੇਰਾ ਨਾਂ ਹਰਬੰਸ ਵਾ ਜੀ। ਹਰਬੰਸ ਸਿੰਘ ਜੀ ਕੀ ਲੱਗਦੇ ਸੀ ਤੁਹਾਡੇ? ਹਾਂਜੀ ਮੇਰੇ ਜੀਜਾ ਜੀ ਲੱਗਦੇ। ਕੀ ਨਾਮ ਸੀ? ਹਾਂਜੀ ਸੁਖਚੈਨ ਸਿੰਘ ਉਹਨਾਂ ਦਾ ਨਾਮ ਸੀ। ਉਹ ਗੁਰਦੁਆਰੇ ਇੱਥੋਂ ਰਹਿ ਰਾਸ ਕਰਕੇ ਹੁਣ ਡਾ ਬਾਣੀ ਉਹ ਇੱਕ ਉਹ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਉਹਨਾਂ 'ਤੇ ਹਮਲਾ ਕੀਤਾ ਅਤੇ ਲੱਤ ਵੱਢ ਕੇ ਲੈ ਗਏ ਆ। ਅਤੇ ਕੀ ਲੱਗਦਾ ਮਤਲਬ ਕੁਛ ਪਤਾ ਤੁਹਾਨੂੰ? ਨਹੀਂ ਸਾਨੂੰ ਕੁਛ ਨਹੀਂ ਪਤਾ, ਪਤਾ ਨਹੀਂ ਕੌਣ ਆ, ਅਣਪਛਾਤੇ ਵਿਅਕਤੀ ਸੀ, ਕੋਈ ਪਤਾ ਨਹੀਂ ਆ। ਅਤੇ ਲੱਤ ਹੀ ਨਾਲੋਂ ਲਾਹ ਕੇ ਲੈ ਗਏ ਆ ਜੀ। ਅਤੇ ਹੁਣ ਕਿੱਥੇ ਹੈਗੇ ਬਾਬਾ ਜੀ? ਬਾਬਾ ਜੀ ਹੋਸਪਿਟਲ 'ਚ ਦਾਖਲ ਆ, ਉਹਨਾਂ ਦਾ ਯਾਨੀ ਕਿ ਇਲਾਜ ਚੱਲ ਰਿਹਾ ਵਾ। ਕੀ ਮੰਗ ਕਰਦੇ ਹੋ? ਮੰਗ ਇਹੋ ਹੀ ਕਰਦੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ ਵਾ, ਨਾ ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਸੀ। ਆਪਣੇ ਵਧੀਆ ਮਿਹਨਤ ਕਰਦੇ ਸੀ, ਗੁਰਦੁਆਰੇ ਸਾਹਿਬ ਜਾਂਦੇ ਸੀ, ਗੁਰਦੁਆਰਾ ਸਾਹਿਬ ਗ੍ਰੰਥੀ ਦੀ ਡਿਊਟੀ ਕਰਦੇ। ਹਾਂਜੀ ਹਾਂਜੀ ਗ੍ਰੰਥੀ ਦੀ ਡਿਊਟੀ ਕਰਦੇ। ਪੁਲਿਸ ਆਈ ਸੀ ਮੌਕੇ 'ਤੇ? ਹਾਂਜੀ ਪੁਲਿਸ ਆਈ।